ਅੱਜ ਗੱਲ ਕਰਦੇ ਹਾਂ ਸਾਡੀ ਪੰਜਾਬੀ ਇੰਡਸਟਰੀ ਦੇ ਉਸ ਘੈਂਟ ਜਿਹੇ ਸਿੰਗਰ ਦੀ ਜਿਨ੍ਹਾਂ ਨੇ ਹਮੇਸ਼ਾ ਆਪਣੇ ਘੈਂਟ ਘੈਂਟ ਗਾਣਿਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੂਬ ਐਂਟਰਟੇਨ ਕੀਤਾ ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਰੇਸ਼ਮ ਸਿੰਘ ਅਨਮੋਲ ਦੀ। ਸੋ ਜੇ ਗੱਲ ਕਰੀਏ ਰੇਸ਼ਮ ਸਿੰਘ ਅਨਮੋਲ ਦੀ ਤਾਂ ਉਹਨਾਂ ਨੇ ਸਾਡੀ ਪੰਜਾਬੀ ਇੰਡਸਟਰੀ ਨੂੰ ਕਈ ਸੁਪਰਹਿਟ ਗਾਣੇ ਦਿੱਤੇ ਨੇ ਅਤੇ ਹੁਣ ਅੱਜ ਮੈਂ ਰੇਸ਼ਮ ਸਿੰਘ ਅਨਮੋਲ ਦੇ ਫੈਨਸ ਲਈ ਇੱਕ ਨਵੀਂ ਅਪਡੇਟ ਇਹ ਲੈ ਕੇ ਆਇਆ ਕਿ ਉਹ ਜਲਦੀ ਆਪਣੇ ਇੱਕ ਆਉਣ ਵਾਲੇ ਨਵੇਂ ਗਾਣੇ ਦੇ ਨਾਲ ਆਪਣੇ ਫੈਨਸ ਨੂੰ ਐਂਟਰਟੇਨ ਕਰਨ ਦੇ ਲਈ ਪੂਰੇ ਤਿਆਰ ਹਨ। ਜੀ ਹਾਂ, ਇਸ ਗੱਲ ਦੀ ਇਨਫੋਰਮੇਸ਼ਨ ਮੈਨੂੰ ਉਹਨਾਂ ਦੇ ਆਫਿਸ਼ੀਅਲ ਇੰਸਟਾਗ੍ਰਾਮ ਦੀ ਇੱਕ ਪੋਸਟ ਤੋਂ ਮਿਲੀ ਜਿੱਥੇ ਉਹਨਾਂ ਨੇ ਆਪਣੇ ਇੱਕ ਆਉਣ ਵਾਲੇ ਨਵੇਂ ਗਾਣੇ ਦੀ ਅਨਾਊਂਸਮੈਂਟ ਕੀਤੀ। ਸੋ ਤੁਸੀਂ ਵੀ ਚੈੱਕ ਕਰੋ ਉਹਨਾਂ ਦੀ ਇਹ ਪੋਸਟ। ਰੇਸ਼ਮ ਸਿੰਘ ਅਨਮੋਲ ਨੇ ਆਪਣੇ ਇਸ ਆਉਣ ਵਾਲੇ ਨਵੇਂ ਗਾਣੇ ਦੇ ਬਾਰੇ ਹਲੇ ਹੋਰ ਤੱਕ ਕੋਈ ਡਿਟੇਲ ਨਹੀਂ ਸ਼ੇਅਰ ਕੀਤੀ ਆਪਣੇ ਫੈਨਸ ਦੇ ਨਾਲ। ਬਸ ਉਹਨਾਂ ਨੇ ਇਹੀ ਅਨਾਊਂਸਮੈਂਟ ਕੀਤੀ ਹੈ ਕਿ ਉਹਨਾਂ ਦੇ ਆਉਣ ਵਾਲੇ ਇਸ ਨਵੇਂ ਗਾਣੇ ਦਾ ਨਾਮ ਹੋਵੇਗਾ ਤੂੰ ਛੱਡ ਗਈ। ਜੀ ਹਾਂ, ਇਸ ਗੱਲ ਦੀ ਅਨਾਊਂਸਮੈਂਟ ਵੀ ਉਹਨਾਂ ਨੇ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਦਿੱਤੀ ਜਿਸ ਵਿੱਚ ਉਹ ਜਿਮ ਦੇ ਵਿੱਚ ਪ੍ਰੈਕਟਿਸ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਇਸ ਦੀ ਕੈਪਸ਼ਨ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਮਿਹਨਤ ਮੇਰੀ, ਰਹਿਮਤ ਤੇਰੀ। ਸੋ ਰੇਸ਼ਮ ਸਿੰਘ ਅਨਮੋਲ ਨੇ ਇਸ ਵੀਡੀਓ ਦੀ ਕੈਪਸ਼ਨ ਦੇ ਵਿੱਚ ਬਿਲਕੁਲ ਠੀਕ ਲਿਖਿਆ ਕਿ ਮਿਹਨਤ ਮੇਰੀ, ਰਹਿਮਤ ਤੇਰੀ, ਕਿਉਂਕਿ ਮਿਹਨਤ ਕਰਨ ਵਾਲਿਆਂ ਨੂੰ ਹਮੇਸ਼ਾ ਸਫਲਤਾ ਜ਼ਰੂਰ ਮਿਲਦੀ ਹੈ। ਸੋ ਜੇ ਹੁਣ ਮੈਂ ਗੱਲ ਕਰਾਂ ਰੇਸ਼ਮ ਸਿੰਘ ਅਨਮੋਲ ਦੇ ਕੁਝ ਸੁਪਰਹਿਟ ਸੌਂਗਸ ਦੀ ਤਾਂ ਉਹਨਾਂ ਵਿੱਚ ਨਾਮ ਆਉਂਦਾ ਹੈ ਨਾਗਨੀ, ਚੇਤੇ ਕਰਦਾ, ਵੀਜ਼ਾ, ਹਾਲੀ ਦੇ ਵਿੱਚ ਆਇਆ ਮੁਟਿਆਰ ਸੌਂਗ ਅਤੇ ਕਈ ਹੋਰ। ਸੋ ਜਿਸ ਤਰ੍ਹਾਂ ਰੇਸ਼ਮ ਸਿੰਘ ਅਨਮੋਲ ਨੇ ਸਾਡੀ ਪੰਜਾਬੀ ਇੰਡਸਟਰੀ ਨੂੰ ਅੱਜ ਤੱਕ ਸੁਪਰ ਡੁਪਰ ਹਿੱਟ ਗੀਤ ਦਿੱਤੇ ਨੇ, ਸੋ ਮੈਨੂੰ ਤਾਂ ਹੁਣ ਪੂਰੀ ਉਮੀਦ ਹੈ ਕਿ ਉਹਨਾਂ ਦੇ ਆਉਣ ਵਾਲਾ ਨਵਾਂ ਗਾਣਾ ਤੂੰ ਛੱਡ ਗਈ ਵੀ ਸੁਪਰ ਡੁਪਰ ਹਿੱਟ ਰਹੇਗਾ ਅਤੇ ਨਾਲ ਹੀ ਮੈਨੂੰ ਤਾਂ ਇਸ ਗਾਣੇ ਨੂੰ ਸੁਣਨ ਦੀ ਬੜੀ ਐਕਸਾਈਟਮੈਂਟ ਵੀ ਹੈ। ਬਾਕੀ ਤੁਸੀਂ ਕਿੰਨੇ ਐਕਸਾਈਟਡ ਹੋ ਇਸ ਗਾਣੇ ਨੂੰ ਲੈ ਕੇ ਮੈਨੂੰ ਨੀਚੇ ਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਨਾਲ ਹੀ ਕਮੈਂਟ ਕਰਕੇ ਇਹ ਵੀ ਦੱਸਣਾ ਕਿ ਤੁਹਾਡਾ ਸਭ ਤੋਂ ਫੇਵਰੇਟ ਗਾਣਾ ਰੇਸ਼ਮ ਸਿੰਘ ਅਨਮੋਲ ਦਾ ਕਿਹੜਾ ਹੈ ਅਤੇ ਇਸ ਤਰ੍ਹਾਂ ਦੀਆਂ ਹੋਰ ਅਪਡੇਟਸ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ gabru.com ਤੇ ਨੀਚੇ ਤੇ ਬੈਲ ਆਈਕਨ ਨੂੰ ਨੋਟੀਫਿਕੇਸ਼ਨ ਦੇ ਲਈ ਪ੍ਰੈਸ ਕਰਨਾ ਨਾ ਭੁੱਲਣਾ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਬਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਬਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਬਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।